ਬੱਕਰੀਪਾਲ ਕਬੀਰੋ ਪਿੰਡ ਬੁਰਜਰੀ ਜ਼ਿਲ੍ਹਾ ਮਾਨਸਾ ਬੱਕਰਾ ਮੰਡੀ ਵੱਲੋਂ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਨਮਸਕਾਰ ਸਤਿ ਸ੍ਰੀ ਅਕਾਲ ਬੱਕਰੀਪਾਲ ਕਬੀਰੋ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਪਿੰਡ ਬੁਰਜਰੀ ਜ਼ਿਲ੍ਹਾ ਮਾਨਸਾ ਜੋ ਕਿ ਕਾਫੀ ਲੰਮੇ ਸਮੇਂ ਤੋਂ ਬੱਕਰਾ ਮੰਡੀ ਲੱਗ ਰਹੀ ਹੈ ਸੋ ਤੁਸੀਂ ਹਰ ਐਤਵਾਰ ਹਰ ਵੀਕ ਆਰ ਐਵਰੀ ਸੰਡੇ ਨੂੰ ਪਿੰਡ ਬੁਰਜਰੀ ਜ਼ਿਲ੍ਹਾ ਮਾਨਸਾ ਵਿਖੇ ਪਹੁੰਚ ਸਕਦੇ ਹੋ ਬੱਕਰੀ ਬکریاں ਵੇਚਣ ਦੇ ਲਈ ਸੋ ਤੁਹਾਡੇ ਲਈ ਬਾਹਰਲੇ ਵਪਾਰੀਆਂ ਦੇ ਲਈ ਬਾਹਲੇ ਰਾਜਾਂ ਤੋਂ ਜੋ ਮੇਰੇ ਵੀਰ ਵਪਾਰੀ ਆਉਂਦੇ ਨੇ ਉਹਨਾਂ ਦੇ ਲਈ ਰੋਕਣ ਦਾ ਜਾਨਵਰਾਂ ਰੱਖਣ ਦਾ ਤੇ ਖਾਣ ਪੀਣ ਦਾ ਖਾਸ ਪ੍ਰਬੰਧ ਹੈ ਤੇ ਨਾਉਣ ਦਾ ਬਾਥਰੂਮ ਟਾਇਲਟ ਪ੍ਰੋਪਰ ਬਣੇ ਹੋਏ ਹਨ ਸੋ ਤੁਸੀਂ ਪਿੰਡ ਬੁਰਜਰ ਜ਼ਿਲ੍ਹਾ ਮਾਨਸਾ ਵਿਖੇ ਪਹੁੰਚ ਕੇ ਆਪਣੇ ਜਾਨਵਰ ਰੱਖ ਸਕਦੇ ਹੋ ਇਕੱਠੇ ਕਰ ਸਕਦੇ ਹੋ ਔਰ ਟਰਾਂਸਪੋਰਟ ਕਰ ਸਕਦੇ ਹੋ ਤੇ ਗੁਰੂ ਕਾ ਲੰਗਰ ਜਿਹੜਾ ਉਹ ਬਕਰ ਮੰਡੀ ਤੇ ਹਰ ਟਾਈਮ ਚੱਲਦਾ ਹੈ ਚਾਹ ਪਾਣੀ ਤਾਂ ਖਾਸ ਵਰਾਂਦਾ ਸੋ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਜਿਹੜਾ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਹੈ ਉਹਦੇ ਜਰੀਏ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਮੇਰੇ ਵੀਰ ਨੇ ਕੋਈ ਬੱਕਰੀ ਸੰਬੰਧੀ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਤੁਹਾਨੂੰ ਜਿਹੜੀ ਜਾਣਕਾਰੀ ਹੈ ਉਹ ਪਿੰਡ ਬੁਰਜਹਰੀ ਮਾਨਗੋਟ ਫਾਰਮ ਦੇ ਉੱਪਰ ਬਿਲਕੁਲ ਫਰੀ ਦਿੱਤੀ ਜਾ ਬੀ ਕੀ ਤੁਸੀਂ ਹਰ ਐਤਵਾਰ ਪਹੁੰਚ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਨਵੇਂ ਫਾਰਮ ਖੋਣਨ ਸੰਬੰਧੀ ਜਾਂ ਜਾਨਵਰ ਵੇਚਣ ਸੰਬੰਧੀ ਜੇਕਰ ਤੁਸੀਂ ਕੋਈ ਕਿਸੇ ਤਰ੍ਹਾਂ ਦਾ ਕੋਈ ਜਾਨਵਰ ਵੇਚਣ ਦੇ ਲਈ ਕੋਈ ਐਗਰੀਮੈਂਟ ਕਰਨਾ ਚਾਹੁੰਦੇ ਹੋ ਫਾਰਮ ਖੋਣਨ ਸਮੇ ਤਾਂ ਉਹ ਵੀ ਤੁਹਾਡੇ ਨਾਲ ਕੀਤਾ ਜਾਊਗਾ ਉਹ ਵੀ ਤੁਸੀਂ ਸਾਡੇ ਨਾਲ ਬਰਾਮਸਰਵਾ ਕਰ ਸਕਦੇ ਹੋ ਤੇ ਇੱਕ ਹੋਰ ਨਵੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਜਿਹੜੀ ਕਿ ਪੰਜਾਬ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਕਿ ਅਸੀਂ ਤੁਹਾਡੇ ਨਾਲ ਜਾਨਵਰਾਂ ਦੇ ਰੇਟ ਸੰਬੰਧੀ ਜਿਹੜੀ ਗੱਲਬਾਤ ਆ ਗਈ ਉਹ ਇਹ ਹੈ ਕਿ ਤੁਸੀਂ ਆਪਣੇ ਜਾਨਵਰਾਂ ਸਾਨੂੰ ਬੀਟ ਦੇ ਅਕੋਰਡਿੰਗ ਬੀਚ ਸਕਦੇ ਹੋ ਬੱਕਰੇ ਬੱਕਰੀਆਂ ਬੱਚੇ ਗੱਬਣ ਬੱਕਰੀਆਂ ਕਾਟੂ ਮਾਲ ਤੇ ਤੁਸੀਂ ਸਾਥੋਂ ਖਰੀਦ ਵੀ ਸਕਦੇ ਬੀਟ ਦੀ ਕੋਲ ਨੂੰ ਤੁਸੀਂ ਬੀਚ ਵੀ ਸਕਦੇ ਹੋ ਤੇ ਸਾਥੋਂ ਖਰੀਦ ਵੀ ਸਕਦੇ ਹੋ ਤੇ ਜਿਹੜੇ ਉਹਨਾਂ ਦੇ ਰੇਟ ਨੇਗੇ ਉਹ ਸਾਡੇ ਨਾਲ ਤੁਸੀਂ ਬੈਠ ਕੇ ਅਧਾਰਤ ਕਰ ਸਕਦੇ ਹੋ ਬੈਠ ਕੇ ਗੱਲਬਾਤ ਕਰ ਸਕਦੇ ਹੋ ਸੋ ਤੁਹਾਡੇ ਲਈ ਇਹ ਇੱਕ ਬਲੱਖਣ ਉਪਰਾਲਾ ਦਾ ਪਿੰਡ ਬੁਰਜਰੀ ਜ਼ਿਲ੍ਹਾ ਮਾਨਸਾ ਵੱਲੋਂ ਕੀਤਾ ਜਾ ਰਿਹਾ ਤਾਂ ਕਿ ਬੱਕਰੀ ਪਾਲ ਕਬੀਰਾਂ ਦੀ ਲੁੱਟ ਤੋਂ ਬਚਾਇਆ ਜਾ ਸਕੇ ਫਾਰਮਰ ਜਿਹੜੇ ਫੇਲ ਹੋ ਰਹੇ ਨੇ ਉਹਨਾਂ ਨੂੰ ਕਾਮਯਾਬ ਕੀਤਾ ਜਾ ਸਕੇ ਸੋ ਤੁਸੀਂ ਸਾਡੇ ਨਾਲ ਵੇਟ ਦੇ ਅਕੋਰਡਿੰਗ ਜਾਨਵਰ ਵੇਚਣਾ ਚਾਹੁੰਦੇ ਹੋ ਗੱਬਣ ਬੱਕਰੀਆਂ ਬੱਚਿਆਂ ਸਮੇਤ ਬੱਕਰੀ ਲੈਣਾ ਚਾਹੁੰਦੇ ਹੋ ਜਾਂ ਕਾਟੂ ਮਾਲ ਲੈਣਾ ਚਾਹੁੰਦੇ ਹੋ ਜਾਂ ਬਰੀਡਰ ਬੱਚੇ ਲੈਣਾ ਚਾਹੁੰਦੇ ਹੋ ਉਹ ਰੀਸ ਵੀ ਸਕਦੇ ਹੋ ਦੇ ਖਰੀਦੂ ਸਕਦੇ ਆ ਉਹਨਾਂ ਦੀ ਰੇਟ ਨੇ ਉਹ ਵੱਖਰੇ ਵੱਖਰੇ ਹਨ ਸੋ ਸਾਰੇ ਬੱਕਰੀ ਪਾਲਕ ਵੀਰਾਂ ਨੂੰ ਅਪੀਲ ਆ ਕਿ ਸਾਡ ਨਾਲ رابطہ ਕਾਇਮ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ